ਪਿੰਡ ਰੁੜਕਾ ਕਲਾਂ ਤੋਂ ਸ਼੍ਰੀ ਨੰਦ ਕਿਸ਼ੋਰ ਗੌਤਮ ਜੀ ਜੋ ਬੀਤੀ 5 ਦਸੰਬਰ ਨੂੰ ਸ੍ਰੀ ਵੀ ਵਿਛੋੜਾ ਦੇ ਗਏ ਸਨ, ਉਹਨਾਂ ਦੇ ਨਿਮਿਤ ਸ਼੍ਰੀ ਗੌਰ ਪੁਰਾਣ ਦੇ ਪਾਠ ਦੇ ਭੋਗ ਅਤੇ ਰਸਮ ਪਗੜੀ ਮੰਦਰ ਬਾਬਾ ਮਾਨਸਾਪੁਰੀ ਰੁੜਕਾ ਕਲਾਂ ਵਿਖੇ ਕੀਤੀ ਗਈ। ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਵੱਲੋਂ ਗੌਤਮ ਪਰਿਵਾਰ ਵੱਲੋਂ ਸਮਾਜ ਵਿੱਚ ਦਿੱਤੇ ਜਾ ਰਹੇ ਯੋਗਦਾਨ ਦੀ ਚਰਚਾ ਕਰਦੇ ਹੋਏ ਸ਼੍ਰੀ ਨੰਦ ਕਿਸ਼ੋਰ ਗੌਤਮ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਨਗਰ ਨਿਵਾਸੀਆਂ ਵੱਲੋਂ ਗੌਤਮ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਅੰਤ ਵਿੱਚ ਸ਼੍ਰੀ ਸ਼ੈਵ ਕੁਮਾਰ ਤਿਵਾੜੀ ਜੀ ਨੇ ਸੁਨੀਲ ਗੌਤਮ ਸਪੁੱਤਰ ਸ਼੍ਰੀ ਨੰਦ ਕਿਸ਼ੋਰ ਗੌਤਮ ਅਤੇ ਸਮੂਹ ਪਰਿਵਾਰ ਵੱਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਸਾਰੇ ਇਕੱਠੇ ਹੋਏ ਹਾਂ, ਜਿਸ ਵਿੱਚ ਸਾਡਾ ਵੀਰ, ਸਾਡਾ ਚੰਗਾ ਦੋਸਤ, ਸਾਡਾ ਹਰ ਜਗਤੀ ਇਸ ਸੰਸਾਰ ਨੂੰ ਛੱਡ ਕੇ ਸਾਨੂੰ ਜੋੜਾ ਦੇ ਕੇ ਚਲਾ ਗਿਆ। ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ, ਵਿਲੱਖਣ ਧਾਰਦੀਆਂ ਹਰੇਕ ਬੰਦੇ 'ਚ ਕੋਈ ਨਾ ਕੋਈ ਮਜ਼ਬੂਰ ਹੁੰਦਾ। ਜਿੰਨਾ ਮਰਜ਼ੀ ਮੈਟਰ ਦੇ ਸਵਾਲ ਹੋਵੇ, ਕਿਤੇ ਨਾ ਕਿਤੇ ਕਲਚਰ ਦੀ ਗੱਲ ਹੁੰਦੀ ਹੈ, ਪਰ ਨੰਦ ਕਿਸ਼ੋਰਾ ਚ ਸਾਰਾ ਕੁਛ ਲਗਭਗ ਕਲਚਰ। ਉਹਨਾਂ ਦੇ ਪਿਤਾ ਜੀ ਸ਼੍ਰੀ ਕੀਰਤ ਰਾਮ ਗੌਤਮ ਜੀ, ਔਰ ਇਹ ਗੌਤਮ ਪਰਿਵਾਰ ਜਿਹਨੇ ਕਾਫੀ ਸਵਾਈ ਤੌਰ ਤੇ ਧਾਰਮਿਕ ਸੰਸਥਾਵਾਂ ਦੀ ਸੇਵਾ ਕੀਤੀ। ਚਰਨਦਾਸ ਜੀ ਹੁੰਦੇ ਸੀ, ਬਾਬਾ ਜਨਤਾ ਕਮੇਟੀ ਦੇ ਪ੍ਰਧਾਨ ਵੀ ਰਹੇ। ਇਹ ਸਮਾਜਿਕ ਸੇਵਾਵਾਂ ਉਹਨਾਂ ਇਨਸਾਨਾਂ ਦੇ ਹੱਥ ਆਉਂਦੀਆਂ, ਉਹਨਾਂ ਦੇ ਹਿੱਸੇ ਆਉਂਦੀਆਂ ਜਿਹੜੇ ਇਨਸਾਨ ਸਮਾਜ ਲਈ ਕੁਛ ਕਰਨਾ ਚਾਹੁੰਦੇ ਆ ਜਾਂ ਕਰ ਸਕਦੇ ਆ। ਨੰਦ ਕਿਸ਼ੋਰ ਦੇ ਬੱਚੇ ਹਰੀ ਜਿਸ ਤਰ੍ਹਾਂ ਵਿਸ਼ਵ ਮਿੱਤਰ ਦੱਸਿਆ ਵੀ ਇਹ ਜੁਆਇੰਟ ਪਰਿਵਾਰ ਜਾਂ ਸਮੂਹ ਪਰਿਵਾਰ ਸੀ, ਹੁੰਦੇ ਕੋਈ ਕਹਿ ਨਹੀਂ ਸਕਦਾ ਵੀ ਇਹ ਦੋ ਭਰਾ ਆ ਕੀ ਆ, ਅਨੀ ਤੇ ਨੀਸ਼ ਇੱਕੋ ਹੀ ਮਾਂ ਦੇ ਬੱਚੇ ਆ ਜਾਂ ਦੋ ਮਾਵਾਂ ਦੇ ਬੱਚੇ। ਪਰੰਤੂ ਇਸ ਤੋਂ ਬਾਅਦ ਜਿਹੜਾ ਦੁੱਖ ਜਿਹੜਾ ਵਧਿਆ ਉਹ ਪਰਮਾਤਮਾ ਨੂੰ ਕੀ ਮਨਜ਼ੂਰ ਹੁੰਦਾ ਪਤਾ ਨਹੀਂ। ਪਹਿਲਾਂ ਨਿੰਦਰ ਕੁਮਾਰ ਗੌਤਮ ਹੋਣਾ ਦਾ ਔਰ ਉਹਨਾਂ ਤੋਂ ਪਹਿਲਾਂ ਨੀਸ਼ ਹੋਣ ਦੀ ਮਾਤਾ ਦਾ ਚਲੇ ਜਾਣਾ, ਜਿਹੜਾ ਹੁਣ ਦੁੱਖ ਹੈ ਚਲੋ ਮਾੜਾ ਮੋਟਾ ਸਵਾਲ ਦਾ ਦੁੱਖ ਦਾ ਹਰੇਕ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣ ਲਈ ਨੰਦ ਕਿਸ਼ੋਰ ਨਹੀਂ ਸੀਗੇ, ਉਹ ਵੀ ਸੀਗੇ ਤੁਸੀਂ ਬੜਾ ਔਖਾ ਹੁੰਦਾ। ਅਸੀਂ ਤੁਸੀਂ ਅੱਜ ਇਕੱਠੇ ਹੋਏ ਹਾਂ, ਚਲੇ ਜਾਣਾ ਆਪਣਾ ਆਪਣੇ ਘਰੇ, ਪਰ ਜਿਸ ਪਰਿਵਾਰ ਨੇ ਉਸ ਦੁੱਖ ਦੇ ਸਮੇਂ ਵਿਚਰ ਰੱਖਦਾ, ਜਦੋਂ ਔਕੜਾਂ ਆਉਂਦੀਆਂ, ਜਦੋਂ ਮੁਸ਼ਕਲਾਂ ਆਉਂਦੀਆਂ, ਜਦੋਂ ਕਿਤੇ ਕੁਛ ਚੱਕਰ ਦੇ ਮੌਕੇ ਆਉਂਦੇ ਆ, ਫਿਰ ਇਨਸਾਨ ਨੂੰ ਯਾਦ ਆਉਂਦੀ ਹੈ, ਘਾਟ ਮਹਿਸੂਸ ਹੁੰਦੀ। ਮੈਂ ਬਹੁਤ ਜਗ੍ਹਾ ਗੱਲ ਕਰਦਾ ਹਾਂ, ਘਰ ਵਿੱਚ ਇੱਕ ਕੁੜੀ ਦੇ ਨਲਕਾ ਖਰਾਬ ਹੋ ਗਿਆ ਨਾ, ਉਹ ਨਹੀਂ ਸਾਡੇ ਕੋਲ ਦਿਹਾੜੀ ਕੱਟ ਲੈਂਦੀ, ਪਰ ਜਦੋਂ ਇਨਸਾਨ ਘਰ ਵਿੱਚ ਚਲੇ ਜਾਂਦਾ ਤਾਂ ਫਿਰ ਉਹਦੀ ਘਾਟ ਤੁਸੀਂ ਆਪ ਸਮਝ ਸਕਦੇ ਕਿੰਨੀ ਔਖੀ ਹੁੰਦੀ ਆ, ਜਿਹਦੇ ਨਾਲ ਪਰਿਵਾਰ ਨੂੰ ਵਿਛੜਨਾ ਔਖਾ ਹੋ ਜਾਂਦਾ। ਬਾਕੀ ਗੌਤਮ ਪਰਿਵਾਰ ਦੀ ਗੱਲ ਕਰਕੇ ਗਏ ਰਿਸ਼ਤਾ ਵੀ ਕੀਤੀ ਆ, ਉਹ ਗੌਤਮ ਪਰਿਵਾਰ ਜਿਹਨੇ ਇਲਾਕੇ ਚ ਨਹੀਂ ਪੰਜਾਬ ਚ ਨਹੀਂ ਹਿੰਦੁਸਤਾਨ ਚ ਆਪਣੀ ਮਿਹਰ ਖੜੀ ਆ। ਕਿਰਪਾ ਜੀ ਬੈਠੇ ਆ, ਨੌ ਦਿਨ ਮੇਰੇ ਜਨਮ ਸਿੱਖ ਰਹੇ ਇਹਨਾਂ ਨੇ, ਜੋ ਹਿੰਦੁਸਤਾਨ ਦੇ ਵਿੱਚ ਰੇਲਵੇ ਜਨਰਲ ਵਿੱਚ ਕੰਮ ਕੀਤਾ, ਇੱਕ ਨਾਮ ਬਣਾਇਆ ਰੁਕਾ ਕਰਨ ਦਾ, ਜਿੱਦਾਂ ਮਰਜ਼ੀ ਲੀਡਰ ਬਣ ਜਾਏ, ਜਦੋਂ ਅਗਲਾ ਪਿੰਡ ਪੁੱਛਦਾ ਕਿ ਕਿਹੜੇ ਪਿੰਡ ਤੋਂ ਆ, ਤੇ ਪਿੰਡ ਦਾ ਦਿਲਾ ਦੇਣਾ ਜ਼ਰੂਰੀ ਹੁੰਦਾ, ਜਦੋਂ ਘਰ ਨੂੰ ਆ ਰਾਜੀਆਂ ਪਿੰਡ ਦੀਆਂ ਪੈੜਾਂ ਜਿਹੜੀਆਂ ਉਹ ਪੱਕੀਆਂ ਹੁੰਦੀਆਂ। ਜੇ ਤਾਂ ਸਰਪੰਚ ਨੇ ਦੱਸਿਆ ਬੇਸ਼ੱਕ ਅਸੀਂ ਉਹਦੇ ਬਿਰਧ ਆਸ਼ਰਮ ਵਾਲੀ ਰੋਜ਼ ਇਹਨੇ ਬਣਨੇ ਨਹੀਂ ਸੀ ਸਾਡੇ, ਪਰ ਇਹ ਸਮਾਜ ਦੀ ਦੇਣ ਆ, ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ, ਜ਼ਿੰਦਗੀ ਦੀ ਦੌੜ ਇੱਦਾਂ ਦੀ ਸ਼ੁਰੂ ਹੋ ਗਈ, ਤੇ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਵਿਰਧ ਆਸ਼ਰਮ ਦੀ ਹੋੜ ਪਈ, ਜਿਹੜੀ ਪਹਿਲਾਂ ਵਿਦੇਸ਼ਾਂ ਚ ਹੁੰਦੀ ਸੀ, ਅੱਜ
ਇੰਦੋ ਸਾਡੇ ਪੰਜਾਬ ਵਿੱਚ ਵੀ ਆ ਗਈ ਇਹ ਸੱਚੀ ਗੁਰਬਾਣੀ ਉਹਦੇ ਦਰਸ਼ਨ ਚਲਾ ਰਹੇ ਹੈ ਤੇਰੇ ਕਹਿਣ ਤੋਂ ਭਾਵ ਇਹ ਹੈ ਤੇ ਰਿਸ਼ਤੇਦਾਰੀਆਂ ਵੀ ਇਹਨੀ ਬਣਦੀਆਂ ਜਦੋਂ ਕੋਈ ਰਿਸ਼ਤਾ ਹੋਇਆ ਸਰਪੰਚ ਦਾ ਮੈਨੂੰ ਫੋਨ ਆਇਆ ਮੈਂ ਕਿਹਾ ਜੀ ਅੱਖਾਂ ਵਿੱਚ ਕੋਈ ਰਿਸ਼ਤਾ ਕਰਦਾ ਕੋਈ ਮਾਮਲਾ ਨਹੀਂ ਹੈ ਇਹ ਰੱਖਣ ਦਾ ਹੱਤੀਆ ਪਰਿਵਾਰ ਨਹੀਂ ਤੇਰੇ ਜਿਹੜੀ ਦੁੱਖ ਦੀ ਘੜੀ ਆ ਉਹ ਇਸ ਤਰ੍ਹਾਂ ਦੀ ਕਲੀਅਰ ਗੌਤਮ ਹੋਣੀ ਡਾਕਟਰ ਦਰਸ਼ਨ ਨੂੰ ਦੱਸ ਨਹੀਂ ਸਕੇ ਵੀ ਡਾਕਟਰ ਤਾਂ ਆਸਟ੍ਰੇਲੀਆ ਦਾ ਕੋਈ ਪਰਿਵਾਰ ਦੇ ਵਿਚਾਰ ਤੇ ਕੋਰੋਨਾ ਬੇਟਾ ਇਹਨਾਂ ਦੀ ਬੇਟੀ ਨੂੰ ਡਾਕਟਰ ਆ ਇਸ ਕਰਕੇ ਮੇਰੇ ਕਹਿਣ ਤੋਂ ਭਾਵ ਹੈ ਵੀ ਹਿੰਦੁਸਤਾਨ ਦੇ ਵਿੱਚ ਗੌਤਮ ਪਰਿਵਾਰ ਨੇ ਆਪਣੀ ਮਿਹਨਤ ਕਰਕੇ ਆ ਤੇ ਅਸੀਂ ਆਸ ਕਰਾਂਗੇ ਵੀ ਆਉਣ ਵਾਲੀ ਜੋ ਪੀੜ੍ਹੀਆਂ ਵੀ ਇਸੇ ਤਰ੍ਹਾਂ ਮਿਹਨਤ ਕਰਾਂ ਪਰੰਤੂ ਜਿਹੜਾ ਘਾਟਾ ਪਿਆ ਉਹ ਪੂਰਿਆ ਨਹੀਂ ਕੀਤਾ ਜਾ ਸਕਦਾ ਇਸ ਸਮੇਂ ਜੋ ਉਸ ਤੋਂ ਵਿਰਸ ਹੈ ਜਿਹੜੀ ਚੀਜ਼ ਪੈਦਾ ਹੋਈ ਆ ਉਹਨੇ ਖਤਮ ਜ਼ਰੂਰ ਹੋਣਾ ਪਰੰਤੂ ਜਦੋਂ ਚੀਜ਼ ਜਾਂ ਇਨਸਾਨ ਜਿਹੜਾ ਸਮੇਂ ਤੋਂ ਪਹਿਲਾਂ ਖਤਮ ਹੋ ਜਾਂਦਾ ਫਿਰ ਆਦਮੀ ਖਰਾਬ ਹੁੰਦਾ ਉਸ ਪਰਿਵਾਰ ਵਿੱਚ ਸਮਾਜ ਵਿੱਚ ਉਹ ਖਰਾਬ ਹੌਲੀ ਹੌਲੀ ਭੁੱਲ ਵੀ ਹੋ ਜਾਂਦਾ ਪੂਰਾ ਹੀ ਬਣ ਜਾਂਦਾ ਇਸ ਕਰਕੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਤਾਹੀ ਵੀ ਆ ਜਿਹੜਾ ਜਿੱਥੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣੀ ਹੈ ਜਿੱਥੇ ਉੱਥੇ ਮੰਦਰ ਦੇ ਹਰ ਕੰਮ 'ਚ ਹਰ ਸੰਸਥਾ 'ਚ ਇੱਕ ਵੱਡਾ ਯੋਗਦਾਨ ਹੈ ਇਸ ਨੌਜਵਾਨ ਦਾ ਕਿਉਂਕਿ ਸਾਡੀ ਉਮਰ ਤੁਹਾਨੂੰ ਜ਼ਿਆਦਾ ਹੋ ਗਈ ਕੰਮ ਕੁੰਮ ਕਰਦੇ ਜੀ ਮੰਦਰ 'ਚ ਹੁਣ ਇਹ ਨੌਜਵਾਨ ਸਕਦੇ ਮੰਦਰ ਦੀਆਂ ਜਿਹੜੀਆਂ ਸੰਸਥਾਵਾਂ ਚੱਲਦੀਆਂ ਚਾਹੇ ਆਈ ਕੈਂਪਿਆਂ ਉਹਦੀ ਸੰਸਥਾ ਵੱਖਰੀ ਆ ਚਾਹੇ ਸ਼ਹਿਰਾਂ ਕਮੇਟੀ ਆ ਚਾਹੇ ਮੰਦਰ ਕਮੇਟੀ ਆ ਵੱਖਰੀਆਂ ਵੱਖਰੀਆਂ ਜਿਹੜੀਆਂ ਸੰਸਥਾਵਾਂ ਹੈ ਉਹ ਚ ਨੌਜਵਾਨ ਦੀ ਜ਼ਰੂਰਤ ਹੈ ਅਤੇ ਇਸ ਨੌਜਵਾਨ ਤੋਂ ਪ੍ਰੇਰਨਾ ਦੇਣੀ ਚਾਹੀਦੀ ਹੈ ਲੋਕਾਂ ਨੂੰ ਕਿ ਆਪਾਂ ਸਮਾਜ ਲਈ ਕੁਛ ਕਰਾਂਗੇ ਤੇ ਸਮਾਜ ਸਮੇਂ ਜ਼ਰੂਰ ਕੁਛ ਨਾ ਕੁਛ ਚੱਲਦਾ ਜੇ ਅਸੀਂ ਆਪਣੇ ਜੋਗੇ ਰੱਖਾਂਗੇ ਫਿਰ ਸਮਾਜ ਵੀ ਪੂਰਾ ਗੋਹਾ ਨੂੰ ਚੇਤੇ ਕਰਦਾ ਸੋ ਇਸ ਪਿੰਡ ਦੀ ਰੋਟੀ ਆ ਇਸ ਪਿੰਡ 'ਚ ਵਿਗਿਆਨਿਕ ਵਿਚਾਰਧਾਰਾ ਦੇ ਲੋਕ ਇਹਦੇ ਆ ਜਿਹਨਾਂ ਨੇ ਵੱਡੇ ਵੱਡੇ ਲੀਡਰ ਜਿਹੜੇ ਉਹ ਪੈਦਾ ਕੀਤੇ ਚਾਹੇ ਉਹ ਤਿਲਕਾ ਗੌਤਮ ਹੋਣ ਚਾਹੇ ਉਹ ਕੁਲਵੰਤ ਸਿੰਘ ਸੰਧੂ ਹੋਣ ਚਾਹੇ ਧੋਨੀ ਹੋਈ ਕਿਸਾਨ ਸਭਾ ਦਾ ਕੰਮ ਕਰਦੇ ਆ ਸੋ ਮੇਰੇ ਕਹਿਣ ਤੋਂ ਭਾਵ ਹੈ ਵੀ ਲੋਕਾਂ ਦੁਆਰਾ ਇਤਿਹਾਸ ਕਮੇਟਿਆ ਇਹਦੇ ਇਤਿਹਾਸ ਦੀਆਂ ਪਹਿਣਾਂ ਨੂੰ ਇਤਿਹਾਸ ਦੇ ਮੱਦੇਨਜ਼ਰ ਨੌਜਵਾਨ ਨੂੰ ਪ੍ਰੇਰਿਤ ਕਰਕੇ ਆਪਾਂ ਨੂੰ ਅੱਗੇ ਵਧਣ ਚਾਹੀਦਾ ਆਸ ਕਰਾਂਗੇ ਜਿਸ ਤਰ੍ਹਾਂ ਕੰਮ ਕਰ ਰਿਹਾ ਇਸ ਤਰ੍ਹਾਂ ਕਰੇਗਾ ਠੀਕ ਹੈ ਘੱਟ ਦੀਆਂ ਜ਼ਿੰਮੇਵਾਰੀਆਂ ਵੱਧ ਜਾਣੀਆਂ ਪਰੰਤੂ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਇਹ ਸਮਾਜਿਕ ਕੰਮ ਦੀ ਗੱਲ ਕਰਦੇ ਪੈਣਗੇ ਸੋ ਮੈਂ ਇੱਕ ਵਾਰੀ ਫਿਰ ਇਹ ਸਾਰੀਆਂ ਸੰਗਤਾਂ ਜਿੰਨੀਆਂ ਵੀ ਰਿਸ਼ਤੇਦਾਰ ਸੱਜਣ ਮਿੱਤਰ ਇਹ ਸ਼ੋਕ ਸਮਾਗਮ 'ਚ ਪਹੁੰਚੇ ਆ ਕਿਉਂਕਿ ਸਿਆਣੇ ਕਹਿੰਦੇ ਆ ਦੁੱਖ ਵਧਾਇਆ ਘੱਟਦਾ ਤੇ ਖੁਸ਼ੀ ਵਧਾਇਆ ਵੱਧਦੀ ਹੈ ਤੁਸੀਂ ਸਾਡੇ ਪਰਿਵਾਰ ਦਾ ਦੁੱਖ ਘਟਾਉਣ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿਹਨਾਂ ਨੇ ਕਲਾ ਕਰ ਲਿਆ ਕੀਤਾ ਜਿਹਨਾਂ ਨੇ ਲਿਆ ਲੈ ਕੇ ਜਾਣ ਇੱਕ ਵਾਰੀ ਫਿਰ ਪਰਮਾਤਮਾ ਅੱਗੇ ਅਰਦਾਸ ਕਰਦਾ ਇਲਾਜ ਕਿਸ਼ੋਰਾਂ ਨੂੰ ਜਿੱਦਾਂ ਦੀ ਉਹਨਾਂ ਦੀ ਹੋਸ਼ ਤੋਂ ਹਰ ਤਰ੍ਹਾਂ ਵਾਲਾ ਅਨੁਸਾਰ ਸੀ ਇਹ ਮੇਰਾ ਮੁੰਬਾ ਹਰ ਤਰ੍ਹਾਂ ਵਾਲਾ ਅਨੁਸਾਰ ਸੀ ਨਾ ਕੋਈ ਬਹੁਤਾ ਦਖਲ ਦਾਰੀ ਕਿਤੇ ਕਰਦਾ ਸੀ ਇਸ ਕਰਕੇ ਉਸ ਨੂੰ ਸਰਦਾਂ ਵਿੱਚ ਨਵਾਜ਼ ਸਕੇ ਤੇ ਪਰਿਵਾਰ ਨੂੰ ਇਹ ਸ਼ਕਤੀ ਬਖਸ਼ੇ ਵੀ ਉਹ ਜਿਹੜਾ ਖਰਾਬ ਪਿਆ ਉਹਨੂੰ ਭਰਨ ਦਾ ਪ੍ਰਭੂ Bye.
Shanti Om, Shanti Om, Shanti Om.